ਮੋਟਰਸਾਈਕਲ ਅਤੇ ਹੁਣ ਆਪਾਂ ਜਾ ਰਹੇ ਹਾਂ ਟਿੱਬੀ ਸਾਹਿਬ ਗੁਰਦੁਆਰੇ ਵੱਲ, ਦਰਸ਼ਨ ਕਰਕੇ ਆਈਏ ਅੱਜ। ਵਿਸਾਖੀ ਵਾਲਾ ਦਿਨ ਆ, ਕੀ ਪਤਾ ਬਾਬਾ ਕੁਝ ਸੁਣੇ ਲਵੇ ਸਾਡੀ। ਆਹ ਬੜਾ ਬਿਜ਼ੀ ਬੰਦਾ, ਸਾਰੇ ਵਲੋਗ ਦੇ ਦੌਰਾਨ ਇਹਨੇ ਫੋਨ ਹੀ ਨਹੀਂ ਛੱਡਿਆ, ਪਤਾ ਨਹੀਂ ਕਿਹਦੇ ਨਾਲ ਬਿਜ਼ੀ। ਕਸਟਮਰ ਕੇਅਰ ਐਗਜ਼ੀਕਿਊਟਿਵ, ਪਤਾ ਨਹੀਂ ਕਿਹਦੇ ਨਾਲ ਬਿਜ਼ੀ। ਕਸਟਮਰ ਕੇਅਰ ਐਗਜ਼ੀਕਿਊਟਿਵ ਕਿੱਧਰ ਲੰਗਰ ਵੱਲ ਦੇਖ ਭੁੱਖਾ ਐਰਨ ਭੁੱਖਾ ਕਹਿੰਦਾ ਲੰਗਰ ਵੱਲ ਹੋ ਜਾਓ। ਬਾਹਰ ਲੰਗਰ ਲੱਗਿਆ, ਬਾਹਰ ਖਾਂਦੇ ਆ, ਉੱਥੇ ਭੀੜ ਬੜੀ ਆ। ਆਹ ਦੇਖੋ ਜੀ ਭੁੱਖਾ ਬੰਦਾ, ਬਾਹਰ ਕਿਆ ਲੱਗਿਆ, ਬਾਹਰ ਲੰਗਰ ਲੱਗਾ ਆਉਂਦੇ ਸਾਰੇ ਬੰਦੇ ਨੇ ਦੇਖ ਲਿਆ ਜੀ ਉੱਥੇ ਲੰਗਰ ਲੱਗਾ। ਕਿਆ ਤਾਂ ਬਣਿਆ ਜੀ ਆਹ ਬੰਦਾ ਜਿਹੜਾ ਹੈਗਾ ਇਹ ਲੰਗਰ ਨੂੰ ਕਰ ਰਿਹਾ ਮਨਾਹੀ, ਕਿਉਂਕਿ ਇਹ ਪਤਾ ਕਿਆ ਚੱਕਰ ਕੀ ਹੈ। ਚੱਕਰ ਅਸਲ 'ਚ ਚੱਕਰ ਇਹ ਹੈ ਕਿ ਇਹ ਖਾਂਦੇ ਪੀਜ਼ੇ ਬਰਗਰ। ਢਿੱਡ ਦੇਖੋ ਇਹਨਾਂ ਦਾ, ਫਿਰ ਮੈਨੂੰ ਡੇਲੀ ਪੁੱਛਦਾ ਰਹਿੰਦਾ, ਮੇਰੇ ਢਿੱਡ ਘੜ ਗਿਆ, ਢਿੱਡ ਘੜ ਗਿਆ ਵੀ ਜੇ ਦੇਖੀ ਘੱਟ ਗਿਆ। ਮੈਂ ਹੁਣ ਇੰਚੀ ਟੇਪ ਰੱਖਣਾ ਆਪਣੀ ਜੇਬ 'ਚ ਕੱਲ੍ਹ, ਤੇ ਬਸ ਇਹਨੂੰ ਨਾਲੇ ਨਾਪ ਕੇ ਰੱਖ ਦੱਸ ਦਿਆ ਕਰਨਾ ਕਿੰਨੇ ਸੈਂਟੀਮੀਟਰ ਘਟਿਆ ਕਿੰਨੇ ਵਧਿਆ। ਠੀਕ ਹੈ ਜੀ, ਫਿਰ ਤੁਸੀਂ ਦੱਸਿਓ ਵੀ ਟਿੱਬੀ ਸਾਹਿਬ ਦਾ ਲੰਗਰ ਖਾਣਾ ਕਿ ਬਾਹਰ ਦੀ ਫਾਸਟ ਫੂਡ ਜਾਂ ਪੀਜ਼ਾ ਬਰਗਰ ਖਾਣੇ। ਮੈਂ ਇਹ ਕਹਿੰਦਾ, ਮੈਂ ਕਿਹਾ ਬਾਹਰ ਲੰਗਰ ਸਿਖਾਇਆ। ਅੱਛਾ ਅੱਛਾ, ਹੁਣ ਗੱਲ ਚੇਂਜ, ਹੁਣ ਗੱਲ ਚੇਂਜ ਹੋ ਗਈ। ਦੇਖੋ ਇਹ ਡੀਪ ਫਰਾਈ ਫੂਡ, ਸੀਗਾ ਅੱਜ ਦਾ ਵਲੋਗ।
ਮਿਲਦੇ ਹਾਂ ਅਗਲਾ ਵਲੋਗ ਲੈ ਕੇ, ਜਦ ਤੱਕ ਲਈ ਬਾਏ ਬਾਏ। ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ, ਵੀਡੀਓ ਨੂੰ ਕਰਨਾ ਨਾ ਭੁੱਲਿਓ। ਹਾਂ, ਚੈਨਲ ਨਾਲ ਜਿਹੜਾ ਬੈੱਲ ਆਈਕਨ ਆ ਉਹ ਜ਼ਰੂਰ ਦਬਾ ਦਿਓ, ਤਾਂ ਕਿ ਇੱਦਾਂ ਦੀ ਤੁਹਾਨੂੰ ਵੀਡੀਓ ਮਿਲਦੀ ਰਹੇ ਸਾਡੇ ਵਲੋਗ ਦੀਆਂ। ਥੋੜ੍ਹਾ ਸਪੋਰਟ ਵੀ ਕਰ। ਅੱਜ ਦਾ ਦਿਨ ਅਸੀਂ ਕੱਢਿਆ ਟਿੱਬੀ ਸਾਹਿਬ ਅਤੇ ਇੱਕ ਖਾਸ ਬੰਦੇ ਨਾਲ, ਕਿੱਦਾਂ ਹੋਈ ਮੁਲਾਕਾਤ ਦੇਖਿਓ ਪੂਰੀ ਵੀਡੀਓ 'ਚ। ਸਾਨੂੰ ਦੱਸਿਓ ਸਾਨੂੰ ਕਿੱਥੇ ਕਿੱਥੇ ਸੁਧਾਰ ਕਰਨੇ ਚਾਹੀਦੇ ਆ, ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਬੰਦਾ, ਕਿੱਥੇ ਕਿੱਥੇ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਸਭ ਦੱਸੋ, ਸਾਡਾ ਜਿਹੜਾ ਖਾਸ ਬੰਦਾ ਯੂਟਿਊਬਰ ਵਾਲਾ। ਚਲੋ ਜੀ, ਮਿਲਦੇ ਹਾਂ ਫਿਰ, ਬਾਏ ਬਾਏ।